Thank you.
ਕਿਸੇ ਨੇ ਨਾ ਛੱਡਿਆ
ਗੁਰੂ ਤੇਗ ਬਹਾਦਰ ਪਾਤਸ਼ਾਹ ਜਿਨ੍ਹਾਂ ਨੇ ਸੀਸ ਦਿੱਤਾ ਧਰਮ ਦੀ ਖਾਤਰ ਧਰਮ ਦੀ ਆਮ ਦੀ ਖਾਤਰ ਮਨੁੱਖਤਾ ਦੀ ਖਾਤਰ ਉਸ ਸੀਸ ਨੂੰ ਵੀ ਦੋ ਗੁਰਦੁਆਰਿਆਂ ਦੀ ਸ਼ੋਭ ਪ੍ਰਾਪਤ ਹੋਈ ਉਸ ਧੜ ਨੂੰ ਵੀ ਭਾਈ ਲੱਖੀ ਸ਼ਾਹ ਬੰਜਾਰਾ ਨੇ ਗੁਰੂ ਰਕਾਬਗੜ ਸਾਹਿਬ ਆਪਣੇ ਘਰ ਚ ਸੰਸਕਾਰ ਕੀਤਾ ਇਹ ਧਰਮ ਦੀ ਖਾਤਰ ਹੋਇਆ ਉਹ ਮਾਣ ਦੀ ਖਾਤਰ ਹੋਇਆ ਸੀ ਵੀ ਇਹ ਰਾਜ ਮੇਰਾ ਇਹ ਮੈਨੂੰ ਮਿਲਣਾ ਚਾਹੀਦਾ ਮੇਰੀ ਸਭੇ ਕਹਿ ਰਹੇ ਸਾਰੇ ਕਹਿ ਰਹੇ ਮੇਰੀ ਕਰਦਿਆਂ ਬਦਲ ਜ਼ਿੰਦਗੀ ਲੱਗ ਗਈ ਪਰ ਇਹ ਮਾਣ ਨਹੀਂ ਹੋ ਗਿਆ ਜਬ ਲਗ ਮੇਰੀ ਕਰੇ ਤਬ ਲਗ ਕਾਜ ਇੱਕ ਨਹੀਂ ਸਕ ਜਬ ਮੇਰੀ ਮਿਟ ਜਾਏ ਤਬ ਪ੍ਰਭ ਕਾਜ ਸਵਾਰਿਆ ਇਸ ਕਰਕੇ ਕ੍ਰਿਸ਼ਨ ਜੀ ਮਹਾਰਾਜ ਇਹ ਲੜਾਈ ਅੱਜ ਦੀ ਨਹੀਂ ਹੈ ਧਰਮ ਦੀ ਕੇਂਦਰ ਇਹ ਬਹੁਤ ਪਹਿਲਾਂ ਦੀ ਹੈ ਹਥਿਆਰ ਉਹਨਾਂ ਨੇ ਵੀ ਚੱਕੇ ਗੁਰੂਆਂ ਨੇ ਵੀ ਚੱਕੇ ਪਰ ਧਰਮ ਦੀ ਖਾਤਰ ਸਿੱਖ ਧਰਮ ਦੀ ਕੋਈ ਵਿਲੱਖਣ ਹੈ ਉਹਨਾਂ ਨੇ ਮਾਣ ਕਰਕੇ ਲੜਾਈ ਨਹੀਂ ਕੀਤੀ ਧਰਮ ਕਰਕੇ ਮਨੁੱਖਤਾ ਕਰਕੇ ਇਹ ਸੰਸਾਰ ਕਰਕੇ ਪਰ ਜਿਹੜਾ ਇਸ ਤੋਂ ਪਹਿਲਾਂ ਵਾਪਰਿਆ ਸਭ ਕੁਛ ਉਹ ਆਪਣੇ ਮਾਣ ਕਰਕੇ ਵਾਪਰਿਆ ਉਹ ਆਪਣੀ ਗੱਦੀ ਨਸ਼ੀਨ ਕਰਕੇ ਵਾਪਰਿਆ ਜਿੰਨੇ ਵੀ ਸ਼ੁੱਧ ਹੋਏ ਪਰਪਟਾ ਕਰਕੇ ਹੋਏ ਤੇ ਗੁਰੂ ਸਾਹਿਬ ਕਹਿੰਦੇ ਨੇ ਸੁੱਖ ਸੰਪਤ ਮਾਇਆ ਰਸ ਬੀਤੇ ਇਹ ਨਹੀਂ ਮਨ ਮੈਂ ਤਰਨੀ ਜਿੰਨੇ ਵੀ ਸੁੱਖ ਨੇ ਮਾਇਆ ਦਾ ਰਸ ਨੇ ਸਾਰੇ ਚੁੱਕੇ ਨੇ ਜਿੱਤੇ ਰਸ ਸਰੀਰ ਕੇ ਤਿੱਤੇ ਲੱਗੇ ਲੋਕ ਇਸ ਕਰਕੇ ਪੂਰਾ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਇਹ ਬਲਿਦਾਨ ਇਹ ਸੀਸ ਉਹਨਾਂ ਦਾ ਅਮਰ ਇਸੇ ਕਰਕੇ ਇਹ ਫਰਕ ਤੇ ਮਨ ਕੀ ਸਾਡਾ ਕਹਿ ਰਿਹਾ ਫਿਰ ਅੱਗੇ ਕੀ ਲਿਖਿਆ ਹਾਥ ਦੀ
ਐਡੇ ਵੱਡੇ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਹੋਇਆ ਸਾਡੇ ਕੋਲ ਹੈ, ਫਿਰ ਵੀ ਅਸੀਂ ਕੂਏ ਚ ਡਿੱਗੇ, ਫਿਰ ਵੀ ਸਾਡਾ ਪੈਰ ਟੁੱਟ ਗਿਆ। ਇੰਨੀ ਸਮਝ ਰਹਿਣ ਦੇ ਬਾਵਜੂਦ ਸਿੱਖਦੇ ਆ ਰਹੇ ਹੋ ਨਹੀਂ, ਇੰਨਾ ਕੁਝ ਸਾਡੇ ਕੋਲ ਗਿਆਨ ਹੋਵੇ, ਇੰਨੇ ਸਾਡੇ ਕੋਲ ਬਲੀਦਾਨ ਹੋ, ਦਸ ਪਾਤਸ਼ਾਹ ਜੀ ਸਾਡੇ ਕੋਲ ਜੋ ਉਹਨਾਂ ਦੇ ਜੀਵਨ, ਫਿਰ ਵੀ ਅਸੀਂ ਆਪਣੇ ਧਰਮ ਨੂੰ ਅੱਗੇ ਨਾ ਰੱਖ ਲਈਏ, ਆਪਣੇ ਤੱਕ ਕਿਉਂ ਸੀਮਤ ਰੱਖੀਏ। ਸਤਸੰਗ ਜੀ ਵਿਚਾਰਨ ਦੀ ਲੋੜ ਹੈ, ਇਹ ਬਲੀਦਾਨ ਸਾਡੇ ਵਾਸਤੇ ਨਹੀਂ ਹੈ, ਇਹ ਸੰਸਾਰ ਵਾਸਤੇ ਬਲੀਦਾਨ ਸੀ, ਹਰ ਪ੍ਰਾਣੀ ਵਾਸਤੇ, ਜ਼ੁਲਮ ਦੀ ਰੱਖਿਆ ਵਾਸਤੇ, ਦੀਨ ਰੱਖਿਅਕ ਸੰਕਟ ਹਰਨ ਪਾਣਗੁਰੂ ਦੇਖ ਪਾਤ ਪਾਤਸ਼ਾਹ। ਸਾਨੂੰ ਸਮਝਣਾ ਪਏਗਾ ਕਿ ਮਨ ਮੂਰਖ ਅੱਜ ਹੁਣ ਹੈ ਸਮਝ ਸਿੱਖਦੇ ਆ ਰਹੇ ਹੋ ਤੇ ਅੱਗੇ ਕੀ ਕਹਿ ਰਹੇ। ਸਭ ਸੁਖ ਦਾ ਧਾਰਾ ਪ੍ਰੀਤ।
ਸਾਡਾ ਜਨਮ ਲੈਣਾ ਚਾਹੁੰਦਾ ਗੁਰੂ ਨਾਨਕ ਸਾਹਿਬ ਨੇ ਮਰਦਾਨੇ ਨੂੰ ਕਿਹਾ ਸੀ ਕਿ ਜਾ ਮਰਦਾਨਿਆ ਇੱਕ ਰੁਪਏ ਦਾ ਸੱਚ ਤੇ ਇੱਕ ਰੁਪਏ ਦਾ ਝੂਠ ਲੈ ਕੇ ਸਾਨੂੰ ਇਹ ਸਮਝ ਆ ਜਾਏ ਕਿ ਗੁਰੂ ਸਾਹਿਬ ਸਾਨੂੰ ਕਹਿਣਾ ਕੀ ਚਾਹ ਰਿਹਾ ਪ੍ਰੀਤਮ ਜਾਣ ਲਈ ਉਹ ਮਨ ਮਾਹੀ ਆਪਣੇ ਸੁੱਖ ਚੋਂ ਹੀ ਜਗ ਫਾਂਦੇ ਕੋ ਆਹੋ ਕੋ ਨਾਹੀ ਸੁਖ ਮੈਂ ਆਣ ਬਹੁਤ ਮਿਲ ਬੈਠ ਰਹਿਤ ਚੌਂਦ ਸਕੇ ਸਭ ਨੇ ਆ ਜਾਂਦੇ ਬਿਪਟ ਪਰੀ ਸਭ ਹੀ ਸਮ ਛੱਡ ਕੋ ਨਾਵਤ ਨੇ ਇਹ ਵੀ ਦੇਖੋ ਵਿਵਹਾਰ ਬਣਿਓ ਜਾਂ ਸੋਨੇ ਲਗਾਏ ਤੇ ਫਿਰ ਅੰਤ ਵਾਰ ਨਾਨਕ ਬਿਨ ਹਰ ਜੀ ਕਉ ਕਾਮਨਾ ਇਸੇ ਕਰਕੇ ਸੇ ਕਰੇ ਆਪਣੀ ਜਗ ਨਾ ਕੋਈ ਫਿਰ ਰਹਿ ਜਿਸ ਆਸਨ ਆਪ ਬੈਠੇ ਕਿਤੇ ਬੈਸ ਗਿਆ ਜਿਹੜੇ ਘਰ ਅਸੀਂ ਬਣਾਏ ਹਾਂ ਜੋ ਅਸੀਂ ਬਣਾ ਰਹੇ ਹਾਂ ਜੋ ਅਸੀਂ ਕਰ ਰਹੇ ਹਾਂ ਇਹ ਬੈਂਕ ਬੈਲੈਂਸ ਪਹਿਲਾਂ ਰਾਜੇ ਛੱਡ ਗਏ ਕੋਈ ਨੀ ਨਾਲ ਲੈ ਕੇ ਗਿਆ ਇਹ ਪ੍ਰੀਤ ਝੂਠੀ ਹੈ ਉਹ ਪ੍ਰੀਤ ਸੱਚੀ ਹੈ ਇੱਕ ਨਾਲ ਰਾਣੀ ਪ੍ਰੀਤ ਇੱਕ ਨਾਲ ਪ੍ਰੀਤ ਲਾਵਾਂਗੇ ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਜੀਵਨ ਚੋਂ ਜਾਂਚ ਲਵਾਂਗੇ ਕਿਉਂਕਿ ਕ੍ਰਿਸ਼ਨ ਮਹਾਰਾਜ ਸਿੱਧੇ ਬਿਦੜ ਦੇ ਘਰ ਚਲੇ ਗਏ ਪ੍ਰੀਤ ਦੇਖੀ ਉਹਨਾਂ ਨੇ ਵੀ ਲੜੀ ਕੋਲ ਰਾਮ ਜੀ ਚਲੇ ਗਏ ਸਾਨੂੰ ਸਮਝਣਾ ਪਏਗਾ ਸਾਡਾ ਇਤਿਹਾਸ ਕੀ ਕਹਿ ਰਿਹਾ ਤੇ ਗੁਰੂ ਸਾਹਿਬ ਕਿੰਨੀ ਨਿਮਰਤਾ ਉਹਨਾਂ ਦੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਕੋਈ ਇੰਨਾ ਵੱਡਾ ਹੋਇਆ ਕਿ ਜਿਹੜਾ ਆਪਣੇ ਪੁੱਤਰੇ ਨੂੰ ਬੋਲੇ ਕਿ ਮੈਂ ਤੁਹਾਨੂੰ ਨਮਸਕਾਰ ਕਰਦਾ ਤੁਸੀਂ ਗੁਰੂ ਆਪਣੇ ਪੁੱਤਰੇ ਕਿੰਨੀ ਉਹਨਾਂ ਦੀ ਨਿਮਰਤਾ ਕਿੰਨਾ ਸਹਿਜ ਆ ਪੁੱਤਰੇ ਨੂੰ ਮੱਥਾ ਟੇਕਣਾ ਪਿਆ ਇਹ ਵੀ ਭੀੜ ਪੈ ਜਾਂਦੀ ਹੈ ਇਹ ਵੀ ਸਵਾਲ ਖੜਾ ਹੋ ਜਾਂਦਾ ਗੁਰੂ ਵੱਲ ਸਮਝਣਾ ਪਏਗਾ ਕਿ ਕਿਸਦਾ ਹੱਕਦਾਰ ਕੌਣ ਤੇ ਬੇਬੇ ਨਾਨਕੀ ਜੀ ਨੂੰ ਪਹਿਲਾਂ ਹੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਕਹਿ ਚੁੱਕਾ ਸੀ ਤੁਸੀਂ ਬਗਾਲੇ ਚਲੇ ਜਾਓ ਸਮਾਂ ਆਏਗਾ ਇਹ ਉਜਾਗਰ ਹੋਣਗੇ ਤੇ ਗੱਦੀ ਤੇ ਨਸ਼ੀਨ ਹੋਣਗੇ ਕਿੰਨਾ ਵੱਡਾ ਇਹ ਸੰਕਟ ਸੀ ਸਾਡੇ ਕਿਸੇ ਨੇ ਵਿਰੋਧ ਨਹੀਂ ਕੀਤਾ ਗੁਰੂ ਸਾਹਿਬ ਨੇ ਸੀ ਨਹੀਂ ਉੱਤਰੀ ਕਿ ਮੈਨੂੰ ਗੱਦੀ ਨਹੀਂ ਮਿਲੀ ਗੱਦੀ ਦੇ ਬਾਹਰ ਸੁਧ ਨਹੀਂ ਸੀ ਪਰ ਫਿਰ ਵੀ ਇਹ ਉਹਨਾਂ ਦਾ ਵਿੜੱਪਣ ਹੈ ਜਿਹੜਾ ਨਿਮਰਤਾ ਚ ਉਹਨਾਂ ਨੇ ਸਾਨੂੰ ਸੰਸਾਰ ਨੇ ਸੇਧ ਦਿੱਤੀ ਗੁਰੂ ਬੱਤਰ ਸਾਹਿਬ ਦੇ ਵੀ ਹੋਏ ਨੇ ਤੇ ਗੁਰੂ ਸੱਤ ਸਾਹਿਬ ਦੇ ਵੀ ਹੋਏ ਨੇ ਇਹ ਸਾਨੂੰ ਸੇਧ ਹੈ ਕਿ ਇਹ ਨਾ ਕਿ ਉਹ ਪਿਛਲੀ ਉਮਰੇ ਨਾਮ ਨਹੀਂ ਜਪ ਸਕਦੇ ਇਹ ਨਾ ਕਿ ਉਹ ਕੋਈ ਬੱਚਾ ਨਹੀਂ ਨਾਮ ਜਪ ਸਕਦਾ ਇਹ ਸਾਨੂੰ ਸੇਧ ਹੈ ਬਾਬਾ ਬੁੱਢੇ 125 ਸਾਲ ਤੋਂ ਹੋਏ ਅੰਤਰ ਸੇਵਾ ਨਿਭਾਈ ਇਹ ਸਾਨੂੰ ਸਮਝਣਾ ਪਏਗਾ ਅਸੀਂ ਕਰਨਾ ਕੀ ਆਪਣੇ ਬੱਚਿਆਂ ਨੂੰ ਸਿਖਾਉਣਾ ਕੀ ਹੈ ਗੁਰੂ ਦੀ ਕਿਹੜੀ ਮੱਤ ਦੇਣੀ ਸਾਨੂੰ ਬਾਣੀ ਦੀ ਵਿਚਾਰ ਆਣੀ ਬਹੁਤ ਜ਼ਰੂਰੀ ਹੈ ਜੇ ਅਸੀਂ ਇਸ ਪੰਥ ਨੂੰ ਬਚਾਉਣਾ ਹਰ ਪ੍ਰਾਣੀ ਬਾਣੀ ਬੜੇ ਤੋਂ ਹੀ ਵਿਚਾਰ ਕਰੇ ਸਾਨੂੰ ਮੱਥਾ ਟੇਕਣ ਵਾਸਤੇ ਬਾਣੀ ਨਹੀਂ ਮਿਲੀ ਸਾਨੂੰ ਬਾਣੀ ਦੀ ਵਿਚਾਰ ਕਰਨ ਵਾਸਤੇ ਮਿਲੀ ਨਾਨਕ ਪਾਉਜਲ ਪਾਰ ਪ੍ਰੇਮ ਜੋ ਗਾਵੇ ਪ੍ਰਭ ਕੇ ਗੀਤ ਗੀਤ ਉਹੀ ਗਾਏਗਾ ਨਾ ਜਿਹਦੇ ਮਨ ਚ ਵਸਿਆ ਹੋਇਆ ਇਹ ਸਮਝਣਾ ਪਏਗਾ ਸਾਧ ਸੰਗਤ ਜੀ ਸਾਨੂੰ ਕਿ ਅਸੀਂ ਪਿਛੜੇ ਕਿੱਥੇ ਹਾਂ ਕਿੱਥੇ ਪਿਛੜ ਗਏ ਗੁਰੂ ਸਾਹਿਬ ਨੇ ਕੋਸ਼ਿਸ਼ ਕੀਤੀ ਹੈ ਇਹ ਅਵਸਰ ਮਿਲਦਾ ਕੀਰਤਨ ਦੇ ਨਾਲ ਵਿਚਾਰ ਹੋਵੇ ਸਾਕੀ ਹੋਵੇ ਸਾਨੂੰ ਸਮਝਣ ਦੀ ਜਾਂਚ ਹੋਵੇ ਸੁਣਨ ਦੀ ਜਾਂਚ ਹੋਵੇ ਕਿਉਂਕਿ ਸੁਣਨਾ ਮੰਨਿਆ ਮਨ ਕੀਤਾ ਪਾਓ ਜਿਹਨੇ ਸੁਣ ਲਿਆ ਉਹਨੇ ਮੰਨ ਲਿਆ ਜਿਹਨੇ ਸੁਣਿਆ ਹੀ ਉਹਨੇ ਮੰਨਣਾ ਕੀ ਹੈ ਸੁਣਨਾ ਬਹੁਤ ਜ਼ਰੂਰੀ ਹੈ ਪਰ ਸੁਣਨ ਵਾਸਤੇ ਗਾਗਰ ਚੀਤ ਹੋਣਾ ਸਾਡਾ ਫੋਨ ਹੀ ਨਹੀਂ ਸਾਡਾ ਕਿਹੜਾ ਛੱਡ ਬਹੁਤ ਇਹ ਅੱਜ ਦਾ ਵਿਸ਼ਾ ਹੈ ਇਹ ਚਿੰਤਾ ਦਾ ਵਿਸ਼ਾ ਸਾਡਾ ਟੀਵੀ ਗੁਰਬਾਣੀ ਸਾਨੂੰ ਪੜ੍ਹਨ ਨੂੰ ਆਇਓ ਸੁਣਨ ਪੜ੍ਹਨ ਕੋ ਬਾਣੀ ਨਾਮ ਨਿਸਾਰ ਲਾਗੀ ਉਹਨੇ ਲਾਲਚ ਹੋਣ ਲਾਗੀ ਉਹਨੇ ਲਾਲਚ ਕੀ ਸਾਡਾ ਇਹ ਸਾਰੇ ਪਦਾਰਥ ਸਗਲ ਪਦਾਰਥ ਦਿਸ ਮਿਲੇ ਜਿਸ ਜਿਹਨੇ ਕੋਲ ਉੱਠਾ ਜਾਏ ਇਹ ਸਾਰੇ ਪਦਾਰਥ ਉਹਨੂੰ ਮਿਲ ਜਾਣੇ ਜਿਹੜੇ ਗੁਰੂ ਦੀ ਚਰਨੀ ਆਣ ਕਰਦੇ ਤੇ ਗੁਰੂ ਚਰਨੀ ਜਿਨ ਮਨ ਲੱਗਾ ਸੇਵਟ ਭਾਗੀ ਮਨ ਜਿਨ੍ਹਾਂ ਦਾ ਮਨ ਗੁਰੂ ਦੇ ਚਰਨਾਂ ਚ ਲੱਗ ਗਿਆ ਉਹ ਤਾਂ ਵੱਡ ਭਾਗੀ ਹੈ
पर सारे पदार्थ भी उन्होंने नहीं जानते। पहला जीवन अपना सब है, पहला अस एक पौड़ी चढ़ने चढ़नी कठिन है क्योंकि मन बस आवे नानका जी पूर्ण कृपा पे मन नहीं आता। बाणी च बीबिया ने बहुत सुंदर पढ़िया गुरु गुरु गुर कर्म न मोर, गुरु बिना मैं नामी हो, कितना जबरदस्त ये शब्द है। तो फिर अगे जाके लिखे गुर परमेश्वर इको जान, गुर परमेश्वर इको जान, एक करके जान ना जगह जगह मत्थे टेक, ना इन्होंने कबर मत्थे टेक, तेरा कुछ नहीं मिलना, कुछ नहीं होना, जो तिस भाव है सुपर हो। एकदा बन जा, एकदा बनिया गुरु साहब ने इन्ना सहज रखा एक दे बन गए, अपने पिता की आज्ञा रह के चले गए बाबे पाले। पता लगा विरोधियां तीर मलिया ने पता लगा भी ये गद्दी श्री हरकृष्ण पातशाह जी ने कह छड़िया कि बाबा वसे ग्राम काले सारे ने गद्दियां ला लिया, सब ने बाई मंजिया उदी भी लगियां सी, अज भी बहुत सारिया मंजिया लगिया हुई। फर्क है सानू समझ का, जगह जगह डेरा बढ़िया हुआ, कोई किसी को पूज रहा कोई किसी को पूज रहा, पर साड़ी घाट कितने विचार च विचार मारे तरे तारे उल्ट जोन ना, वो कभी उल्ट जोन च नहीं आता है जो सही विचार च विचार करनी पड़ेगी कि गुरु साहब ने बलिदान साढ़े लिए दिता किसी दूसरे लिए नहीं दिता, इंसानियत वास्ते दिता उन्होंने, किसी जंजू वास्ते नहीं दिता उन्होंने, क्योंकि गुरु नानक साहब ने तो पहले कह सकते सानू शासन जी कि ये कहते हैं दया का पास संतोख सू जत गंढी सर कहते मेरे ये वाला अखबार जेड़ा कभी टुटे ही ना मेरे को यही जना वो जिएगा है ही तो भांडे का ना ये टुटे मन ना मन लगे ना ये जले ना जले तन समान स्नान का जंगल पले पाए ये तो उदू कहते सुना मैंने सच का जनाऊ पा जो टुटे ही ना गए पर जनाऊ की गल नहीं हो गई जो अधिकारी जिन्होंने सच का जनाऊ पाया अगे बनाया चली पीड़ी सोनिया गुप्त खा वारो वारी उन्होंने अगे जाके फिर उस जनाऊ की रक्षा की इंसानियत की रक्षा की। असी धर्म देख रहे इंसानियत सब तो वही है धर्म तो उपर अज इंसानियत की घाट हो गई सतसंग जी आओ फिर आप संकट करन ये दीन करन ये किवें ने ये असी अज निर्णय करांगे उन्हां दे बलिदान का विचार करांगे गुरु साहब जी किवें उन्हां नूं गद्दी नशीन होई किवें कितनी मुश्किल का सामना करना पिया और उन्हां दी बाणी देखो अज असी किसी विआह शादी च उन्हां दा हुक्मनामा लैण तों भी डरदे हां किसे सोच दी बाणी उन्हां दी सदिया सोच है नाट शब्द 57 श्लोक ने उन्होंने चेतना है तो चेतना है निस्दिन में प्राणी की कह रहे हैं हर को नाम सदा सुख दाई जा को सिमर अजामल उदर घर का हूं बच पाए हर के नाम पे ना दुख पावे की कह रहे हैं कुछ साधो साधो के लोगो ये जग परम भुलाना राम नाम का सिमरन छोड़िया माया हाथ पता शर्दित सिमरन शर्दित बाणी पढ़ना पदार्थ नच बिक गए मात पिता भाई सुत बनता ताके रस रखता इन्हां रस च पै गया दारा मीत पूज संबंधी सगे तन को लाके मात पिता भाई सुत बनता ताके रस रखता तन जोबन सब कुछ देता विच वेखो वी बंदा जवानी दा घर कर रहा शरीर दा तन जोबन प्रभता के मत में ऐन सराय 24 घंटे ऐन सराय दी मान कहने दीन दयाल सदा दुख भंजन जेड़ा दुख भंजन है जेड़ा तेरा दर्द निवार है तासु मन ना लगाना उधर मन क्यों नहीं लगाया कहो नानक कोटन में को कोई कोटन में को गुरमुख हुए पहचान करोड़ों जो कोई एक बंदा है जिन्हें इस विधि को पछाणिया करोड़ों के बीच एक बंदा कोई क्योंकि गुरबाणी इस जग में जानना है सानू समझना पड़ेगा सत्संग जी
गुरबाणी संगीत निर्देश दे रही है, संगीत दर्शाने की कोशिश कर रही है। आज ये समय कि असीं हुण रहिंदे अपने बाल बच्चों ये समझा लई अपने आप नूं कि असीं किस कारण इस जगत च आए हैं। हमें बार जगत में आए धर्म हेत गुर देव पठाए। धर्म की है, वाणी की है, शरीर की है, समझ लेना चाहिए। वाणी की विचार अवश्य जरूरी है, बहुत जरूरी है। जमें भोजन तो बिना सांस तो बिना प्राणी नहीं रह सकता, इसी तरह वाणी की विचार साढ़े श्वास श्वास चलनी चाहिए। सानू काम छड़न की लोड़ नहीं है, घर वेले बहन की भी लोड़ नहीं है। गुरु नानक का मार्ग इतना सरल तो सुखाला है कि वे धीआं भैणा के माता के विचे रहिंदे होए तू नाम की गल कर, जो श्वास गिरास साह आंदा ते जांदा त्यारे मेरा हर हर। सो गुर सिख गुरु मन भावे, ओ सिख गुरु के चरणा की प्रीत लैके बैठा हो। जब नानक तूर मंगे किस गुर सिख की, असीं गुरु नानक उच्चा कह रहे हो तूर ना करें साडी, कोई मेरे वर्गा बनते जाए। जो आप जप है अवरा नाम जपा, मैनू भी जपण वाला होवे ते मेरे जपाण वाला भी हो, उस अकाल पुरख की आराधना करने वाला हो। पर होवे ओहदे पले सच, होवे ओहदा जीवन सही, किधरे चोला ते पगड़ी बस उपरों दी पहनी होगा ना, जीवन ओहदा वेखो। आओ फिर आपां संकट हरू दीन दुखियां दे दाते नूं किस रूप नाल याद करां।